ਹਾਂਜੀ ਸਟੂਡੈਂਟਸ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਗਲੂਕੋਸ ਦਾ ਮੋਲੀਕੂਲਰ ਫਾਰਮੂਲਾ ਆਫ ਗਲੂਕੋਸ ਇਜ਼ C6H12O6 ਐਂਡ ਇਟ ਇਜ਼ ਅ ਮੋਨੋਸੈਕੇਰਾਈਡ ਮੋਨੋਸੈਕੇਰਾਈਡ ਆਰ ਵਾਟ ਦੇ ਆਰ ਦਾ ਸਮਾਲੈਸਟ ਕਾਰਬੋਹਾਈਡਰੇਟਸ ਵਿਚ ਕੈਨ ਨਾਟ ਬੀ ਡੀਕੰਪੋਜ਼ਡ ਫਰਦਰ ਇਨਟੂ ਸਮਾਲਰ ਕਾਰਬੋਹਾਈਡਰੇਟਸ ਜਿਹੜੇ ਸਭ ਤੋਂ ਛੋਟੇ ਕਾਰਬੋਹਾਈਡਰੇਟਸ ਹੁੰਦੇ ਆ ਔਰ ਜਿਨ੍ਹਾਂ ਨੂੰ ਅਸੀਂ ਫਰਦਰ ਛੋਟੇ ਕਾਰਬੋਹਾਈਡਰੇਟਸ ਦੇ ਵਿੱਚ ਡੀਕੰਪੋਜ਼ ਨਹੀਂ ਕਰ ਸਕਦੇ ਨਹੀਂ ਹੋ ਸਕਦੇ ਉਹ ਹੁੰਦੇ ਮੋਨੋਸੈਕੇਰਾਈਡਸ ਤੋਂ ਗਲੂਕੋਜ਼ ਮੋਨੋਸੈਕਰਾਈਡਸ ਦੀ ਇੱਕ ਐਗਜ਼ਾਮਪਲ ਆ ਤੋਂ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਰ ਗਲੂਕੋਜ਼ ਦੇ origin ਦੀ ਜਾਂ ਸੋਰਸ ਆਫ ਅਵੇਲੇਬਿਲਟੀ ਸਾਨੂੰ ਕਿੱਥੋਂ ਮਿਲਦਾ ਹੈ ਇਹਨਾਂ ਦਾ ਸੋਰਸ ਕੀ ਆ ਗਲੂਕੋਜ਼ ਦਾ ਤਾਂ ਗਲੂਕੋਜ਼ ਬੇਟਾ ਸਾਨੂੰ ਮਿਲਦਾ ਵਾ ਜਿੰਨੇ ਵੀ ਮਿੱਠੇ ਫਰੂਟਸ ਆ ਹੁਣ ਮਿੱਠੇ ਫਰੂਟਸ ਦੇ ਵਿੱਚ ਆਪਾਂ ਐਪਲਸ ਆ ਗਏ ਮੰਗੋਜ਼ ਆ ਗਏ ਪੀਚਸ ਆ ਗਏ ਫਿਗਸ ਐਂਡ ਡੇਟਸ ਆ ਗਈਆਂ ਔਰ ਅਗਰ ਅਸੀਂ ਇਹਨਾਂ ਦੀ ਮੇਜਰ origin ਸੋਰਸ ਦੀ ਗੱਲ ਕਰੀਏ ਜਿੱਥੋਂ ਸਾਨੂੰ ਸਭ ਤੋਂ ਜ਼ਿਆਦਾ ਗਲੂਕੋਜ਼ ਮਿਲਦਾ ਉਹ ਹੈ ਰਾਈਪ ਗ੍ਰੇਪਸ ਜਿਹੜੇ ਪੱਕੇ ਹੋਏ ਅੰਗੂਰ ਹੁੰਦੇ ਉਹਨਾਂ ਤੋਂ ਤਾਂ ਇਸ ਕਰਕੇ ਗਲੂਕੋਜ਼ ਨੂੰ ਅਸੀਂ ਗਰੇਪ 슈ਗਰ ਦਾ ਨਾਮ ਵੀ ਦੇ ਦਿੰਦੇ ਆ ਗਰੇਪ 슈ਗਰ ਤਾਂ ਇਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਕੰਬਾਈਨਡ ਫਾਰਮ ਦੇ ਵਿੱਚ ਇਹ ਤਾਂ ਹੈ ਕਿ ਅਗਰ ਪਿਓਰ ਗਲੂਕੋਜ਼ ਦੀ ਗੱਲ ਕਰੀਏ C6H12O6 ਫਾਰਮੂਲੇ ਵਾਲਾ ਜੇਸੀ ਕੰਬਾਈਨਡ ਗਲੂਕੋਜ਼ ਦੀ ਗੱਲ ਕਰੀਏ ਤਾਂ ਉਹ ਸਾਨੂੰ ਪੋਟੈਟੋਸ ਤੋਂ ਆ ਜਾਂ ਮੱਕੀ ਚੋਂ ਮੇਸ ਚੋਂ ਜਾਂ ਸਾਨੂੰ ਚਾਵਲਾਂ ਚੋਂ ਰਾਈਸ ਚੋਂ ਵੀ ਮਿਲ ਸਕਦਾ ਵਾ ਬਟ ਉਹ ਪਿਓਰ ਗਲੂਕੋਜ਼ ਨਿਊ ਗਲੂਕੋਜ਼ ਦੀ ਕੰਬਾਈਨਡ ਫਾਰਮ ਜਿਹਨੂੰ ਅਸੀਂ ਸਟਾਰਚ ਕਹਿ ਦਿੰਨੇ ਆ ਠੀਕ ਹੈ ਜਾਂ ਮਿਲਕ ਚੋਂ ਵੀ ਸਾਨੂੰ ਮਿਲਦਾ ਮਾਲਟੋਜ਼ ਦੀ ਫਾਰਮ ਦੇ ਵਿੱਚ ਜਾਂ ਲੈਕਟੋਜ਼ ਦੀ ਫਾਰਮ ਦੇ ਵਿੱਚ ਮਿਲਦਾ ਵਾ ਸਾਨੂੰ ਠੀਕ ਹੈ ਤੇ ਇਹ ਸਾਰੀਆਂ ਗਲੂਕੋਜ਼ ਦੀਆਂ ਕੰਬਾਈਨਡ ਫਾਰਮਸ ਆ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪ੍ਰੈਪਰੇਸ਼ਨ ਆਫ ਗਲੂਕੋਜ਼ ਦੀ ਕਿ ਗਲੂਕੋਜ਼ ਨੂੰ ਅਸੀਂ ਪ੍ਰਿਪੇਅਰ ਕਿੱਦਾਂ ਕਰ ਸਕਦੇ ਆ ਤੋ گلوਕੋਜ਼ ਨੂੰ ਅਗਰ ਅਸੀਂ ਲੈਬ ਚ ਪ੍ਰਿਪੇਅਰ ਕਰਨਾ ਲੈਬੈਟਰੀ ਪ੍ਰੇਪਰੇਸ਼ਨ ਤਾਂ ਇਟ ਇਜ਼ ਪ੍ਰਿਪੇਅਰਡ ਬਾਈ ਹਾਈਡਰੋਲਿਸਿਸ ਆਫ ਸੁਕ੍ਰੋਜ਼ ਸੁਕ੍ਰੋਜ਼ ਦੀ ਹਾਈਡਰੋਲਿਸਿਸ ਤੋਂ ਲੈਬ ਦੇ ਵਿੱਚ ਬਿਕੋਜ਼ ਸੁਕ੍ਰੋਜ਼ ਇਜ਼ ਕੰਬਾਈਨਡ ਫਾਰਮ ਆਫ گلوਕੋਜ਼ ਸੁਕ੍ਰੋਜ਼ ਦਾ ਫਾਰਮੂਲਾ ਕੀ ਆ C12 H22 O11 ਇਹਦੀ ਐਸਿਡ ਹਾਈਡਰੋਲਿਸਿਸ ਕਰ ਦੋ एसिड एज अ कैटलिस्ट यूज़ करके कोई भी मिनरल एसिड यूज़ कर लो हाइड्रोक्लोरिक एसिड सल्फ्यूरिक एसिड तेल सी सिक्स एच ट्वेल्व ओ सिक्स ग्लूकोज का एक मोल आएगा फॉर वन मोल ऑफ सुक्रोज एंड वी विल गैट वन मोल ऑफ सी सिक्स एच ट्वैल्व ओ सिक्स हम तीन सोचो कि सेम फॉर्मुला लिखा बट दिस इज फ्रुक्टोज फ्रुक्टोज की स्टडी आप ग्लूकोज तो बाद फ्रुक्टोज इज अनादर मोनोसैकनाइड हैविंग सेम मॉलीक्यूलर फॉर्मुला एज दैट ऑफ ग्लूकोज बट डिफरेंट स्ट्रक्चर फ्रॉम ग्लूकोज ग्लूकोज एंड फ्रकटोज दे बोथ आर स्ट्रक्चरल आइसोमर्स ऑफ अदर। फंक्शनल ग्रुप आइसोमज ऑफ फीचरदर तो आप ग्लूकोज की गल करते हम सुकरोज की हाइड्रोलसिस तो साल मिक्सचर ऑफ ग्लूकोज एंड फ्रकटोज आंधा मिक्सचर ऑफ ग्लूकोज एंड फ्रकटोज इट इज डिजोल्वड इन एल्कोहल ਫਰਕਟੋਸ ਡਿਸਾਲਵਸ ਇਨ ਐਲਕੋਹਲ ਬਟ ਗਲੂਕੋਸ ਇਜ਼ ਨੋਟ ਸੋਲਿਊਬਲ ਇਨ ਐਲਕੋਹਲ ਤੋ ਇਸ ਤਰੀਕੇ ਨਾਲ ਅਸੀਂ ਗਲੂਕੋਸ ਨੂੰ ਫਰਕਟੋਸ ਤੋਂ ਸੈਪਰੇਟ ਕਰ ਸਕਦੇ ਆ ਐਲਕੋਹਲ ਦੇ ਵਿੱਚ ਮਿਕਸਚਰ ਨੂੰ ਡਿਸਾਲਵ ਕਰਕੇ ਤੋ ਇਹ ਲੈਬਾਰਟਰੀ ਪ੍ਰੇਪਰੇਸ਼ਨ ਸੁਕ੍ਰੋਜ਼ ਕਿੱਥੋਂ ਮਿਲਦਾ ਸਾਨੂੰ ਸੁਕ੍ਰੋਜ਼ ਗੰਨੇ ਦਾ ਰਸ ਚੜਾ ਹੁੰਦਾ ਕੇਨ 슈ਕਰ ਉੱਥੋਂ ਸਾਨੂੰ ਸੁਕ੍ਰੋਜ਼ ਮਿਲ ਜਾਣਾ ਜੇ ਅਸੀਂ ਕਮਰਸ਼ੀਅਲ ਪ੍ਰੇਪਰੇਸ਼ਨ ਦੀ ਗੱਲ ਕਰੀਏ ਲਾਰਜ ਸਕੇਲ ਤੇ ਜਦੋਂ ਅਸੀਂ ਗਲੂਕੋਸ ਨੂੰ ਪ੍ਰੇਪੇਅਰ ਕਰਦੇ ਆਂ it is prepared by hydrolysis of starch starch is another combined form of glucose so starch the formula is c6 h10 o5 n starch is polymer of glucose odech n number of glucose molecules aapas de vich join kite hunde hai ਤੋ ਇਸ ਤਰੀਕੇ ਨਾਲ स्टार्च ਦਾ ਫਾਰਮੂਲਾ ਲਿਖਦੇ ਆਂ ਆਪਾਂ स्टार्च ਦੀ ਸਟੱਡੀ ਅੱਗੋਂ ਕਰਾਂਗੇ ਇਨ ਡੀਟੇਲ ਜਦੋਂ ਉਹਦੀ ਐਸਿਡ ਹਾਈਡਰੋਲਿਸਿਸ ਕਰਦੇ ਆਂ ਤਾਂ ਸਾਡੇ ਕੋਲ n ਨੰਬਰ ਆਫ ਗਲੂਕੋਜ਼ ਮੋਲੀਕੂਲਸ ਆ ਜਾਂਦੇ ਆ ਠੀਕ ਹੈ ਜੀ ਤੋ ਕਮਰਸ਼ੀਅਲ ਸਕੇਲ ਤੇ ਜਦੋਂ ਲਾਰਜ ਅਮਾਉਂਟ ਦੇ ਵਿੱਚ ਗਲੂਕੋਜ਼ ਪ੍ਰਿਪੇਅਰ ਕਰਨਾ ਹੋਵੇ ਤਾਂ स्टार्च ਦੀ ਹਾਈਡਰੋਲਿਸਿਸ ਬਿਕੋਜ਼ स्टार्च इज पॉलीमर ਆਫ ਗਲੂਕੋਜ਼ ਤੋ ਵੀ ਗੈਟ ਅਪਨ ਹਾਈਡਰੋਲਿਸਿਸ ਵੀ ਗੈਟ n ਨੰਬਰ ਆਫ ਗਲੂਕੋਜ਼ ਮੋਲੀਕੂਲਸ ਤੋ ਇਹ ਹੋ ਗਈ ਪ੍ਰੈਪਰੇਸ਼ਨ ਆਫ ਗਲੂਕੋਸ ਫਿਰ ਆਪਾਂ ਗੱਲ ਕਰਦੇ ਹਾਂ ਉਹਦੀਆਂ ਫਿਜ਼ੀਕਲ ਪ੍ਰੋਪਰਟੀਆਂ ਦੀ ਤੋ ਫਿਜ਼ੀਕਲ ਪ੍ਰੋਪਰਟੀਆਂ ਆਫ ਗਲੂਕੋਸ ਆ ਵਰਰੀ ਸਿੰਪਲ ਕਿ ਇਹ ਵਾਈਟ ਕਲਰ ਦਾ ਕ੍ਰਿਸਟਲਾਈਨ ਸੋਲਿਡ ਆ ਜਿਹਦਾ ਮੈਲਟਿੰਗ ਪੁਆਇੰਟ 419 ਕੇਲਵਿਨ ਆ 419 ਕੇਲਵਿਨ ਠੀਕ ਹੈ ਉਸ ਤੋਂ ਬਾਅਦ ਅਗਰ ਆਪਾਂ ਇਹਦੀ ਸੋਲਿਊਬਿਲਿਟੀ ਦੀ ਗੱਲ ਕਰੀਏ ਤਾਂ ਸੋਲਿਊਬਿਲਿਟੀ ਇਟ ਇਜ਼ ਵੈਰੀ ਮੱਚ ਸੋਲਿਊਬਲ ਇਨ ਵਾਟਰ ਬਟ ਵੈਰੀ ਲੈਸ ਸੋਲਿਊਬਲ ਇਨ ਐਲਕੋਹਲ ਐਂਡ ਆਲਮੋਸਟ ਇਨਸੋਲਿਊਬਲ ਇਨ ਇਥਰਸ sweetness ਦੀ ਗੱਲ ਕਰੀ ਤਾਂ ਇਟ ਇਜ਼ ਵੈਰੀ ਸਵੀਟ ਇਨ ਟੇਸਟ ਇਹਦਾ ਟੇਸਟ ਬਹੁਤ ਮਿੱਠਾ ਹੁੰਦਾ ਵਾ ਬਟ ਅਗਰ ਅਸੀਂ ਸੁਕ੍ਰੋਜ਼ ਦੀ ਗੱਲ ਕਰੀ ਥਿਸ ਸੁਕ੍ਰੋਜ਼ ਸੁਕ੍ਰੋਜ਼ ਇਜ਼ ਕਾਲਡ ਟੇਬਲ 슈ਕਰ ਜਿਹੜੀ ਆਪਾਂ ਘਰਾਂ 'ਚ ਯੂਜ਼ ਕਰਦੇ ਆ ਉਹਦੇ ਤੋਂ ਗਲੂਕੋਜ਼ ਥੋੜਾ ਘੱਟ ਮਿੱਠਾ ਹੁੰਦਾ ਹੁਣ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਖੰਡ ਖਾ ਲਈਆ ਤਾਂ ਕਿੰਨੀ ਜੇ ਤੁਸੀਂ ਕੋਈ ਮਿੱਠਾ ਫਰੂਟ ਖਾ ਰਹੇ ਹੋ ਉਹ ਓਨਾ ਮਿੱਠਾ ਨਹੀਂ ਆ ਜਿੰਨੀ ਟੇਬਲ 슈ਗਰ ਮਿੱਠੀ ਹੁੰਦੀ ਆ। ਟੂ ਇਟ ਇਜ਼ ਲੈਸ সুইਟ ਦੈਨ ਟੇਬਲ 슈ਗਰ। ਔਰ ਅਗਰ ਆਪਾਂ ਇਹਦੀ ਆਪਟੀਕਲ ਐਕਟੀਵਿਟੀ ਦੀ ਗੱਲ ਕਰੀਏ ਆਪਟੀਕਲੀ ਐਕਟਿਵ ਸਬਸਟੈਂਸਸ ਕਿਹੜੇ ਹੁੰਦੇ ਆ? ਵਿਚ ਕੈਨ ਰੋਟੇਟ ਪਲੇਨ ਪੋਲਰਾਈਜ਼ਡ ਲਾਈਟ। ਟੂ ਗਲੂਕੋਸ ਇਜ਼ ਆਪਟੀਕਲੀ ਐਕਟਿਵ ਐਂਡ ਇਟ ਇਜ਼ ਡੈਕਸਟਰੋ ਰੋਟੇਟਰੀ। डैक्सोरोटरी मतलब ये प्लेन पोलराइज लाइट न क्लॉकवाइज रोटेट करता है इट इज डैक्ट्रो रोटेटरी ऑप्टिकली एक्टिव और डेक्सटोरोटेटरी है दिस इज अबाउट द फिजिकल प्रॉपर्टीज ऑफ ग्लूकोज देन इफ यू टॉक अबाउट स्ट्रक्चरल फॉर्मूला ऑफ ग्लूकोज ए स्ट्रक्चर हो है द इल्यूसिडेशन एल्यूसी बाद करा लेकिन ड्रॉ कर लिए कि यदि स्ट्रक्चर क्या हो है इट इज़ सी ओ एच दिस इज़ एन एल डी ग्रुप प्रेजेंट एट एक्सट्रीम एंड देर आर सिक्स कार्बन एटम्स इन द चेन दिस इज़ सी एच ओ एच सी एच ओ एच सी एच ओ एच सी एच ओ एच एंड सी एच टू ओ एच तो इन एल्कोहल वी हैव वन एल्टीहाइड्रिक ग्रुप फाइव सेकेंडरी अल्कोहलिक ग्रुप एंड वन प्राइमरी एल्कोहलिक ग्रुप एंड अ स्ट्रेट चेन ऑफ सिक्स कार्बन एटम्स, छे कार्बन ऐटम्स एक स्ट्रेट चेन। ठीक है। एल्कोहल दी स्ट्रक्चर ਆ। ਨੈਕਸਟ ਵੀ ਸ਼ੈਲ ਡਿਸਕਸ ਅਬਾਊਟ ਕੈਮੀਕਲ ਪ੍ਰੋਪਰਟیز ਆਫ ਗਲੂਕੋਸ। ਗਲੂਕੋਸ ਦੀਆਂ ਬਹੁਤ ਸਾਰੀਆਂ ਕੈਮੀਕਲ ਪ੍ਰੋਪਰਟیز ਆ ਪਰ ਆਪਾਂ ਉਹੀ ਕਰਨੀਆਂ ਜਿਹੜੀਆਂ ਸਾਡੇ ਕੰਮ ਦੀਆਂ ਵਾਂ। ਜਿਹੜੀਆਂ ਉਹਦੀ ਸਟਰਕਚਰ ਐਲੀਸੀਡੇਸ਼ਨ 'ਚ ਕੰਮ ਆਣਗੀਆਂ, ਸਟਰਕਚਰ ਡਿਟਰਮੀਨੇਸ਼ਨ ਦੇ ਵਿੱਚ ਕੰਮ ਆਣਗੀਆਂ, ਉਹੀ ਵਾਲੇ ਕਰਾਂਗੇ ਜਿੱਦਾਂ ਹੁਣ ਦੇਖੋ ਹਰ ਤਰ੍ਹਾਂ ਦੀਆਂ ਰਿਐਕਸ਼ਨਸ ਹੋਣੀਆਂ ਐਲਡੀਹਾਈਡ ਵਾਲੀਆਂ ਰਿਐਕਸ਼ਨਸ ਵੀ ਹੋਣਗੀਆਂ ਐਲਕੋਹਲ ਵਾਲੀਆਂ ਰਿਐਕਸ਼ਨਸ ਵੀ ਹੋਣਗੀਆਂ ਰਿਡਕਸ਼ਨ ਵੀ ਹੋਏਗੀ ਆਕਸੀਡੇਸ਼ਨ ਵੀ ਹੋਏਗੀ ਸਾਰਾ ਕੁਝ ਹੋਏਗਾ ਬੇਸਿਕਲੀ ਦਾ ਦੋ ਤਰ੍ਹਾਂ ਦੇ ਫੰਕਸ਼ਨ ਗਰੁੱਪ ਆ ਔਰ ਦੋਨੋਂ ਤਰ੍ਹਾਂ ਦੇ ਫੰਕਸ਼ਨਲ ਗਰੁੱਪ ਆਪਣੀਆਂ ਆਪਣੀਆਂ ਰਿਐਕਸ਼ਨਸ ਦਿਖਾ ਕਰਨਗੇ ਜਿੱਦਾਂ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਐਲਡੀਹਾਈਡਿਕ ਗਰੁੱਪ ਦੀਆਂ ਰਿਐਕਸ਼ਨਸ ਦੀ ਰਿਐਕਸ਼ਨਸ ਆਫ ਐਲਡੀਹਾਈਡਿਕ ਗਰੁੱਪ ਤੋ ਉਹਦੇ ਵਿੱਚ ਆ ਜਾਂਦਾ ਸਾਡੇ ਕੋਲ ਆ ਮੰਨ ਲਓ ਸਾਡੇ ਕੋਲ ਹੈ ਆ ਐਲਡੀਹਾਇਡਿਕ ਗਰੁੱਪ ਆ ਠੀਕ ਹੈ ਜੀ CHOS आ, CHOH ਇਹ ਹੋ ਗਏ ਸਾਡੇ ਕੋਲ 4 نیچے ਲਿਖਦੇ ਹਾਂ CH2OH ਆ ਗਲੂਕੋਜ਼ ਨੂੰ ਲਿਖਣ ਦਾ ਤਰੀਕਾ ਆ ਆ ਚੀਜ਼ ਇਕੱਠਾ ਕਰਕੇ ਲਿਖਦਾ CHOH ਨੂੰ ਚਾਰ ਨੂੰ ਇਕੱਠੇ ਕਰਕੇ 4 ਪਾਤਾ نیچے CH2OH ਆ ਜਾ ਗਿਆ ਹੁਣ ਐਲਡੀਹਾਇਡ ਦੀਆਂ ਰਿਐਕਸ਼ਨਸ ਕੀ ਆ ਐਲਡੀਹਾਇਡ ਦੇ ਵਿੱਚ ਜਦੋਂ ਅਸੀਂ ਐਚਸੀਐਨ ਪਾ ਦਿੰਨੇ ਆ ਵੈਨ ਵੀ ਐਡ ਐਚਸੀਐਨ ਤਾਂ ਐਲਡੀਹਾਇਡ ਦੇ ਵਿੱਚ ਹੁੰਦੀਆਂ ਵਾ ਨਿਊਕਲੀਓਫਿਲਿਕ ਐਡੀਸ਼ਨ ਦੀ ਰਿਐਕਸ਼ਨਸ ਇਹ ਆਪਾਂ ਪੜ੍ਹਦੇ ਆ ਤੋ ਸੀਐਚਓ ਜਿਹੜਾ ਸੀਐਚਓ ਗਰੁੱਪ ਆ ਸੀ ਡਬਲ ਬੌਂਡ OH ਉਹ ਐਲਡੀਹਾਇਡਿਕ ਗਰੁੱਪ ਦੇ ਵਿੱਚ ਕਾਰਬਨ ਤੇ ਆਕਸੀਜਨ ਦਾ ਜਿਹੜਾ ਪਾਈ ਬੌਂਡ ਆ ਉਹ ਬ੍ਰੇਕ ਕਰਕੇ ਦੋਨੋਂ ਇਲੈਕਟ੍ਰੋਨ ਆਕਸੀਜਨ ਕੋਲ ਆਕਸੀਜਨ 네ਗੇਟਿਵਲੀ ਚਾਰਜ ਕਾਰਬਨ ਪੋਜ਼ੀਟਿਵਲੀ ਚਾਰਜ ਇਹ ਐਲਡੀਹਾਇਡ ਦੀ ਰਿਐਕਸ਼ਨ CN नेगेटिव विल गो टू कार्बन एंड H पॉजिटिव विल गो टू ऑक्सीजन वी विल गेट दिस थिंग C H C ਦੇ ਉੱਪਰ ਲੱਗ ਗਿਆ CN ਜਿਹੜਾ O ਸੀਗਾ ਉਹਦੇ ਕੋਲ ਚਲਾ ਗਿਆ H ਆ ਚੀਜ਼ ਹੋ ਗਈ ਇਹ ਇੱਥੇ ਇਦਾਂ ਲਿਖ ਲਓ CN और बाकी चेन ए एस सच उन्होंने ये ऐसे छेड़ना આйда મતલબ કે આ ચીઝ बाकी चेन ए एस सच आ गई ਇਦਾਂ ਹੀ ਐਲਡੀਹਾਇਡ ਦੀ ਹੋ ਰਹੀ ਰਿਐਕਸ਼ਨ ਅਗਰ ਤੁਸੀਂ ਇਹਦੇ ਵਿੱਚ ਐਡ ਕਰੋਗੇ ਹਾਈਡਰੋਕਸਿਲ ਅਮੀਨ ਇਫ ਯੂ ਐਡ ਹਾਈਡਰੋਕਸਿਲ ਅਮੀਨ ਹਾਈਡਰੋਕਸਿਲ ਅਮੀਨ ਇਸ NH2OH ਤਾਂ ਹਾਈਡਰੋਕਸਿਲ ਅਮੀਨ ਇਸ ਅਮੋਨੀਆ ਡੈਰੀਵੇਟਿਵ ਅਮੋਨੀਆ ਡੈਰੀਵੇਟਿਵ ਦੀ ਐਲਡੀਹਾਇਡ ਨ ਰਿਐਕਸ਼ਨ ਕਿੱਦਾਂ ਹੁੰਦੀ ਆ ਨਾਈਟ੍ਰੋਜਨ ਦੇ ਦੋ ਹਾਈਡਰੋਜਨ ਤੇ ਐਲਡੀਹਾਇਡ ਦਾ ਆਕਸੀਜਨ ਮਾਈਨਸ H2O ਕਾਰਬਨ ਤੇ ਨਾਈਟ੍ਰੋਜਨ ਦੋਨਾਂ ਦੇ ਦੋ ਦੋ ਬੌਂਡਸ ਕੱਟ ਗਏ ਉਹਨਾਂ ਦੇ ਵਿੱਚ ਘੱਟ ਡਬਲ ਬਾਂਡ सो वी गैट दिस थिंग आ सारी चेन सी एच या इत सैपरेट करके लिख लो आदा एच आ गया इतें डबल बोंड एन ओएच आ चीज़ आ गई नाइट्रोजन के दो हाइड्रोजन एल डी हाइड का ऑक्सीजन वाटर बार कार्बन नाइट्रोजन के विचार डबल बोंड आ गया ਬਾਕੀ ਚੇਨ ਐਸ ਅਸਲ ਮੈਂ ਚੇਨ ਡਰਾ ਕੀਤੀ ਹੈ ਤੁਸੀਂ ਆ ਚੀਜ਼ ਲਿਖ ਸਕਦੇ ਹੋ ਸਾਰੀ CHOH 4 ਟਾਈਮ CH2OH ਆ ਚੇਨ ਦੀ ਜਗ੍ਹਾ ਤੇ ਆ ਲਿਖਣਾ ਤੁਸੀਂ ਐਦਾ ਚੇਨ ਨਹੀਂ ਡਰਾ ਕਰਨੀ ਠੀਕ ਹੈ ਹੋ ਰਿਐਕਸ਼ਨ ਹੈ ਇਹਦੀ ਅਗਰ ਆਪਾਂ ਗੱਲ ਕਰੀਏ ਆਕਸੀਡੇਸ਼ਨ ਦੀ ਗੱਲ ਕਰੀਏ ਐਫ ਆਈ ਐਡ ਸਮ ਮਾਈਲਡ ਆਕਸੀਡਾਈਜ਼ਿੰਗ ਏਜੈਂਟ ਲਾਈਕ ਬ੍ਰੋਮਿਨ ਵਾਟਰ ब्रोमीन डिजोल्ड इन वाटर इज कॉल्ड ब्रोमीन वाटर इट इज माइल्ड ऑक्सीडाइजिंग एजेंट वीक ऑक्सीडाइजिंग एजेंट इट परफॉर्मस इट्स एक्शन अपॉन ओनली एलडीहाइडिक क्योंकि एल डीड्स की जो भी ऑक्सीडे होंगी है तो कार्बोक्सिक एसिड ही बनते हैं तो वी विल गेट सीओ जिथे एल डीडिक ग्रुप होते सीओ एच बाकी छेड़ना दिस इज कॉल्ड ग्लूकोनिक एसिड इन ग्लूकोनिक एसिड बोल हैं ठीक है जो तीन थोड़ा जा जाग ऑक्सीडाइजिंग एजेंट ले लिया एच एन ओ थ्री नाइट्रिक एसिड तइट्रिक एसिड ने की करना थोड़ा स्ट्रोंग ब्रोमिन वाटर तो उन्हें ज प्राइमरी एलकोहल आ दिस प्राइमरी एलकोहल ਸਟਰੋਂਗ ਆਕਸੀਡਾਈਜ਼ਿੰਗ ਏਜੰਟ ਨੇ ਐਲਡੀਹਾਇਡਿਕ ਗਰੁੱਪ ਨੂੰ ਵੀ ਕਨਵਰਟ ਕਰਤਾ ਐਸਿਡਿਕ ਕਾਰਬੋਕਸਿਲਿਕ ਐਸਿਡ ਗਰੁੱਪ ਚ ਤੇ ਉਹਨੇ ਪ੍ਰਾਇਮਰੀ ਐਲਕੋਹਲਿਕ ਗਰੁੱਪ ਨੂੰ ਪਹਿਲਾਂ ਐਲਡੀਹਾਇਡਸ ਕਨਵਰਟ ਕਰਨਾ ਫਿਰ ਐਲਡੀਹਾਇਡ ਨੂੰ ਫਰਦਰ ਕਾਰਬੋਕਸਿਲਿਕ ਐਸਿਡਸ ਕਨਵਰਟ ਕਰਨਾ ਸਟਰੋਂਗ ਆ ਨਾ ਇਸ ਕਰਕੇ ਉਹ ਪਹਿਲਾਂ ਇਹਨੂੰ ਐਲਡੀਹਾਇਡਸ ਕਨਵਰਟ ਕਰੂ ਫਿਰ ਐਲਡੀਹਾਇਡ ਨੂੰ ਅੱਗੋਂ ਕਾਰਬੋਕਸਿਲਿਕ ਐਸਿਡ ਆ ਚੀਜ਼ ਆਉਗੀ ਸਾਡੇ ਕੋਲ C CHOH 4 ਟਾਈਮਸ CHOH ਆ ਚੀਜ਼ ਬਣ ਗਈ aldehyde group and primary alcoholic group they both are converted into carboxylic acid group. and this is named as gluconic acid innu gluconic acid bolde theek hai ji hor further appa gal kariye agar appa gal karde ha ki ede ch assi add kite mild oxidizing agent assi hor vi pade hoya fehling solution canedict solution tollens reagent ਤਾਂ ਸਾਰਿਆਂ ਦੇ ਕੇਸੇ ਚ ਕੀ ਹੋਣਾ ਵਾ ਕਿ ਜਿਹੜਾ ਆਹਾ ਐਲਡੀਹਾਇਡ ਗਰੁੱਪ ਆ ਇਟ ਵਿਲ ਬੀ ਕਨਵਰਟਡ ਇਨਟੂ ਕਾਰਬੋਕਸਿਲਿਕ ਐਸਿਡ ਗਰੁੱਪ ਤੇ ਸాల్ਟ ਦੀ ਫਾਰਮ ਦੇ ਵਿੱਚ ਕਾਰਬੋਕਸਿਲਿਕ ਐਸਿਡ ਸਾਡੇ ਕੋਲ ਆਏਗਾ ਇਹ ਰੀਐਕਸ਼ਨਸ ਆਪਾਂ ਐਲਡੀਹਾਇਡ ਕੀਟੋਨਸ ਐਂਡ ਕਾਰਬੋਕਸਿਲਿਕ ਐਸਿਡ ਚੈਪਟਰ ਦੇ ਵਿੱਚ ਪੜੀਆਂ ਹੋਈਆਂ ਤੁਸੀਂ ਉੱਥੋਂ ਰਿਵਾਈਜ਼ ਕਰ ਸਕਦੇ ਹੋ ਫੈਲਿੰਗ ਸੋਲੂਸ਼ਨ ਦੇ ਕੇਸ ਦੇ ਵਿੱਚ ਤਿੰਨੋਂ ਕੇਸਿਸ ਦੇ ਵਿੱਚ ਆ ਚੀਜ਼ ਹੋਣੀ ਹੈ ਦੇਖੋ ਇੱਥੇ CO2 ਨੈਗੇਟਿਵ ਤੇ ਨਾਲ ਜਿਹੜਾ ਕਾਉਂਟਰ ਕੈਟਾਇਨ ਆ ਉਹ ਡਿਫਰੈਂਟ ਹੋਏਗਾ ਇਨ ਕੇਸ ਆਫ ਫੈਲਿੰਗ ਸੋਲੂਸ਼ਨ অর ਬੈਨੇਡਿਕਟ ਸੋਲੂਸ਼ਨ ਇਫ ਵੀ ਟਾਕ ਤਾਂ ਇੱਥੇ NA ਪੋਜ਼ਿਟਿਵ ਆਏਗਾ ਇਨ ਕੇਸ ਆਫ ਫੈਲਿੰਗ ਸੋਲੂਸ਼ਨ ਐਂਡ ਬੈਨੇਡਿਕਟ ਸੋਲੂਸ਼ਨ ਇਹਨਾਂ ਦੋਨੋਂ ਕੇਸਿਸ ਦੇ ਵਿੱਚ ਸਾਡੇ ਕੋਲ ਇੱਥੇ ਨਾਲ NA ਪੋਜ਼ਿਟਿਵ ਲੱਗਿਆ ਹੋਊਗਾ ਐਂਡ ਇਨ ਕੇਸ ਆਫ ਟੋਲੈਂਜ਼ ਰੀਜੈਂਟ ਇੱਥੇ NH4 ਪੋਜ਼ਿਟਿਵ ਲੱਗਿਆ ਹੋਊਗਾ ਅਮੋਨੀਅਮ ਸਾਲਟ ਹੋਏਗਾ ਟੋਲਰੈਂਸ ਰੀਏਜੈਂਟ ਦੇ ਕੇਸ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਸੋਡੀਅਮ ਸਾਲਟ ਹੋਏਗਾ ਔਰ ਸਾਈਡ ਪ੍ਰੋਡਕਟ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਸੇਮ ਹੋਣਗੇ ਇਸ ਇਕੱਲੇ ਕੇਸ ਦੇ ਵਿੱਚ ਡਿਫਰੈਂਟ ਹੋਊਗਾ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਸਾਈਡ ਪ੍ਰੋਡਕਟ ਮੇਨ ਹੁੰਦੇ ਆ Cu2O ਜਿਹਨੂੰ ਅਸੀਂ ਕਿਊਪਰਸ ਆਕਸਾਈਡ ਰੈੱਡ ਪੀਪੀਟੀਜ਼ ਬਣਦੇ ਆ ਟੋਲਰੈਂਸ ਰੀਏਜੈਂਟ ਦੇ ਕੇਸ ਦੇ ਵਿੱਚ ਸਾਈਡ ਪ੍ਰੋਡਕਟ ਕੋਈ ਅਮੋਨੀਆ ਹੋਏਗਾ ਤੇ ਨਾਲ ਸਿਲਵਰ ਮੈਟਲ ਹੋਏਗੀ ਜਿਹੜੀ ਕਿ ਬਿੱਕਰ ਦੇ ਅੰਦਰਲੇ ਵਾਲ ਸੇ ਡਿਪੋਜ਼ਿਟ ਹੋ ਜਾਂਦੀ ਇਹਨੂੰ ਸਿਲਵਰ ਮਿਰਰ ਟੈਸਟ ਵੀ ਬੋਲਦੇ ਆ ਅਸੀਂ ਤੋ ਇਹ ਰਿਐਕਸ਼ਨਸ ਤੁਸੀਂ ਰੀਵਾਈਜ਼ ਕਰ ਸਕਦੇ ਹੋ ਫਰਮ ਚੈਪਟਰ ਐਲਡੀਹਾਇਡ ਕਿਟੋਨਸ ਐਂਡ ਕਾਰਬੋਕਸਿਲਿਕ ਐਸਿਡ ਠੀਕ ਹੈ ਲੇਕਿਨ ਜਿਹੜਾ ਮੇਨ ਪ੍ਰੋਡਕਟ ਆ ਉਹ ਹੋਗਾ ਕਾਰਬੋਕਸਿਲਿਕ ਐਸਿਡ ਦਾ ਸਾਲਟ ਐਲਡੀਹਾਇਡਿਕ ਗਰੁੱਪ ਵਿਲ ਬੀ ਕਨਵਰਟਡ ਇਨਟੂ ਕਾਰਬੋਕਸਿਲਿਕ ਐਸਿਡ ਗਰੁੱਪ ਬਿਕਾਜ਼ 올3올 ਥੀਸ 3 ਸੋਲੂਸ਼ਨਸ ਆਰ ਮਾਈਲਡ ਆਕਸੀਡਾਈਜ਼ਿੰਗ ਏਜੈਂਟਸ ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੇ ਅਸੀਂ ਗਲੂਕੋਜ਼ ਦੇ ਵਿੱਚ ਐਡ ਕਰੀਏ ਫਿਨਾਈਲ ਹਾਈਡਰਾਜ਼ੀਨ ਫਿਨਾਈਲ हाइड्राजीन हाइड्राजीन इज एन एच टू एन एच टू दो एन एच टू एन एच टू आपस जुड़े हो हाइड्रोजीन फिनाइल हाइड्राजीन मीनस एक नाइट्रोजन से फिनाइल ग्रुप गया होगा एन एच लग गया सी सिक्स एच फाइव बेनजीन एज आ ग्रुप इज कॉल्ड फिनाइल ग्रुप आ फिनाइल हाइड्राजीन है जि ना होंगे एन एच टू एन एन एच टू इज हाइड्राजीन लग गया फिनाइल ग्रुप तो फिनाइल हाइड्राजीन हूँ यदि रिएक्शन ਸੇਮ ਹਾਈਡਰੋਕਸਿਲ ਅਮੀਨ ਵਰਗੀ ਹੋਣੀ ਕਿਉਂਕਿ ਇਹ ਵੀ ਅਮੋਨੀਆ ਡੈਰੀਵੇਟਿਵ ਆ ਐਲਡੀਹਾਈਡ ਚੋਂ ਆਕਸੀਜਨ ਨਿਕਲਨੀ ਆ ਔਰ ਇਥੋਂ ਦੋ ਹਾਈਡਰੋਜਨ ਜਾਣੇ ਆ ਵਾਟਰ ਬਾਰ H2O ਆਕਸੀਜਨ ਤੇ ਹਾਈਡਰੋਜਨ ਕੰਬਾਈਨ ਕਰਕੇ ਵਾਟਰ ਬਾਰ ਕਾਰਬਨ ਤੇ ਨਾਈਟ੍ਰੋਜਨ ਦੇ ਵਿੱਚ ਕਾ ਡਬਲ ਬੌਂਡ ਆ ਗਿਆ ਆ ਚੀਜ਼ ਆ ਗਈ CH ਡਬਲ ਬੌਂਡ N NH C6H5 ਦਿਸ ਇਜ਼ ਕਾਲਡ ਫਿਨਾਈਲ ਹਾਈਡਰਾਜ਼ੋਨ ਇਹਨੂੰ ਅਸੀਂ ਫਿਨਾਈਲ ਹਾਈਡਰਾਜ਼ੋਨ ਕਹਿ ਦਿੰਦੇ ਆ ਇਹ ਹਾਈਡਰਾਜ਼ੋਨ ਬਣ ਗਿਆ ਇੱਕ ਠੀਕ ਹੈ ਦਿਸ ਇਜ਼ ਗਲੂਕੋਜ਼ ਫਿਨਾਈਲ ਹਾਈਡਰਾਜ਼ੋਨ ਕਿਉਂਕਿ ਇਹ ਗਲੂਕੋਜ਼ ਦੇ ਨਾਲ ਬਣਿਆ ਹੁਣ ਇਹ ਹੋਇਆ ਵਾ ਜਦੋਂ ਅਸੀਂ ਫਿਨਾਈਲ ਹਾਈਡਰਾਜ਼ੀਨ ਦਾ 1 ਮੋਲ ਐਡ ਕੀਤਾ ਇੱਕ ਹੋਰ ਰਿਐਕਸ਼ਨ ਆ ਜੇ ਅਸੀਂ ਫਿਨਾਈਲ ਹਾਈਡਰਾਜ਼ੀਨ ਦੇ 3 ਮੋਲਸ ਐਡ ਕਰੀਏ ਰਿਐਕਸ਼ਨ ਸਿਮਿਲਰ ਆ ਬਿਲਕੁਲ ਪਰ ਪ੍ਰੋਡਕਟ ਡਿਫਰੈਂਟ ਸਿਮਿਲਰ ਆ ਰਿਐਕਸ਼ਨ ਸੇਮ ਨਹੀਂ ਕੀ ਹੁਣ ਫੀਨਾਈਲ ਹਾਈਡਰਾਜ਼ੀਨ ਇਜ਼ ਅਨਦਰ ਅ ਕਾਈਂਡ ਆਫ ਯੂ ਕੈਨ ਸੇ ਕਿ ਇੱਕ ਰਿਐਕਸ਼ਨ ਤਾਂ ਇਹਦੀ ਇਹ ਹੋਣੀ ਆ ਐਲਡੀਹਾਈਡ ਦੇ ਨਾਲ ਜਿਹੜੀ ਆਪਾਂ ਉੱਪਰ ਲਿਖ ਕੇ ਟਿਆ ਫੀਨਾਈਲ ਹਾਈਡਰਾਜ਼ੀਨ ਕੀ ਕਰਦਾ ਆ ਜਿਹੜੇ ਚਾਰ ਸੈਕੰਡਰੀ ਐਲਕੋਹੋਲਿਕ ਗਰੂਪਸ ਆ ਆ ਫਰਸਟ ਕਾਰਬਨ ਸੈਕਿੰਡ ਥਰਡ ਫੋਰਥ ਫਿਫਥ ਆ ਸਿਕਸਥ ਬਣ ਗਈ ਸੈਕਿੰਡ ਕਾਰਬਨ ਦੇ ਉੱਪਰ ਜਿਹੜਾ OH ਗਰੁੱਪ ਲੱਗਿਆ ਫਿਨਾਈਲ ਹਾਈਡਰਾਜ਼ीन ਉਹਨੂੰ ਐਲਡੀਹਾਈਡਸ ਕਨਵਰਟ ਕਰ ਦਿੰਦਾ ਯਾ ਯੂ ਕੈਨ ਸੇ ਕੀਟੋਨਸ ਕਨਵਰਟ ਕਰ ਕਰ ਦਿੰਦਾ ਵਾ ਐਲਡੀਹਾਈਡਸ ਦਾ ਸਿਰਫ ਪ੍ਰਾਇਮਰੀ ਐਲਕੋਹੋਲਿਕ ਗਰੁੱਪਸ ਕਨਵਰਟ ਹੋ ਸਕਦੇ ਆ ਤੋ ਫਿਨਾਈਲ ਹਾਈਡਰਾਜ਼ीन ਦਾ ਪਹਿਲਾ ਮੋਲੀਕਿਊਲ ਐਲਡੀਹਾਈਡ ਨਾਲ ਕੰਬਾਈਨ ਕਰ ਗਿਆ ਆ ਇੱਥੇ ਆ ਚੀਜ਼ ਆ ਗਈ ਇੱਥੇ ਇਸ ਕਾਰ ਬਣ ਤੇ ਦੂਜਾ ਮੋਲੀਕਿਊਲ ਐਲਕੋਹਲ ਨੂੰ ਕੀਟੋਨ ਚ ਕਨਵਰਟ ਕਰਨ ਚ ਯੂਜ਼ ਹੋ ਗਿਆ ਤੇ ਤੀਸਰਾ ਮੋਲੀਕਿਊਲ ਜਿਹੜਾ ਆ ਉਹ ਫਿਰ ਕਿਟੋਨ ਦੀ ਕਿਟੋਨ ਦੇ ਵਿੱਚ ਦਾ ਸੀ ਡਬਲ ਬੌਂਡ O ਆ ਗਿਆ ਕਿਟੋਨ ਦੇ ਵਿੱਚ ਵੀ ਸੀ ਡਬਲ ਬੌਂਡ O ਹੁੰਦਾ ਉਹਦੇ ਨਾਲ ਕੰਬਾਈਨ ਕਰੇਗਾ ਠੀਕ ਹੈ ਇਸ ਸਮਝਣ ਦਾ ਤਰੀਕਾ ਵਾ ਤੋਂ ਸਾਡੇ ਕੋਲ ਆ ਚੀਜ਼ ਬਣੇਗੀ ਪਹਿਲਾ ਉੱਪਰ ਸਾਡੇ ਕੋਲ ਬਣਿਆ CH ਡਬਲ ਬੌਂਡ N NH C6H5 ਦੂਜੀ ਕਾਰਬਨ ਤੇ ਵੀ ਸੇਮ ਚੀਜ਼ C ਡਬਲ ਬੌਂਡ N NH C6H5 ਬਾਕੀ ਤਿੰਨ ਬਚੀਆਂ CHOH ਥਰਾਈਸ ਤੇ ਲਾਸਟ ਤੇ CH2OH OH ਸੱਚ ਐਦਾਂ ਤਿੰਨ ਜਿਹੜੇ ਮੋਲੀਕੂਲਸ ਆ ਯੂਜ਼ ਹੋਣੇ ਆ ਐਂਡ ਥਿਸ ਕੰਪਾਊਂਡ ਇਜ਼ ਕਾਲਡ Ozon तो दिस ਰਿਐਕਸ਼ਨ ਇਜ਼ ਕਾਲਡ Ozon ਫਾਰਮੇਸ਼ਨ ਰਿਐਕਸ਼ਨ ਇਟ ਇਜ਼ ਵੈਰੀ ਇੰਪੋਰਟੈਂਟ ਰਿਐਕਸ਼ਨ ਠੀਕ ਹੈ ਜੀ 1 ਮੋਲ ਦੇ ਨਾਲ ਹੋਰ ਪ੍ਰੋਡਕਟ ਆ 3 ਮੋਲਸ ਦੇ ਨਾਲ O3 ਜ਼ੋਨ ਬਣ ਜਾਂਦੀ ਆ ਜੇ ਆਪਾਂ ਐਲਡੀਹਾਇਡ ਦੀ ਰਿਐਕਸ਼ਨਸ ਦੀ ਗੱਲ ਕਰੀਏ ਚਲੋ ਨੈਕਸਟ ਰਿਐਕਸ਼ਨ ਜਿਹੜੀ ਹੈਗੀ ਆ ਉਹ ਹੈ ਰਿਡਕਸ਼ਨ ਦੀ ਰਿਐਕਸ਼ਨ ਹੁਣ ਜਿਹੜੀ ਰਿਡਕਸ਼ਨ ਰਿਐਕਸ਼ਨ ਆ ਦੋ ਦੋ ਤਰ੍ਹਾਂ ਦੀ ਰਿਡਕਸ਼ਨ ਦੀ ਰਿਐਕਸ਼ਨ ਆ ਇੱਕ ਰਿਡਕਸ਼ਨ ਰਿਐਕਸ਼ਨ ਤਾਂ ਹੈਗੀ ਸਿਰਫ ਐਲਡੀਹਾਇਡੀ ਗਰੁੱਪ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਆਪਾਂ ਐਲਡੀਹਾਇਡੀ ਗਰੁੱਪ ਦੀਆਂ ਰਿਐਕਸ਼ਨਸ ਪੜ ਰਹੇ ਆ ਤਾਂ ਉਹਦੇ ਵਿੱਚ ਅਸੀਂ ਐਡ ਕਰਦੇ ਆ ਕੋਈ ਵੀ ਰਿਡਿਊਸਿੰਗ ਏਜੰਟ ਐਡ ਕਰ ਲਓ ਮਾਈਲਡ ਰਿਡਿਊਸਿੰਗ ਏਜੰਟ ਐਨੀ ਰਿਡਿਊਸਿੰਗ ਏਜੰਟ ਦਾ ਕੰਮ ਕੀ ਹੋਏਗਾ ਹਾਈਡਰੋਜਨ ਪ੍ਰੋਵਾਈਡ ਕਰਨੇ ਤੋਂ ਉਹ ਕੀ ਕਰੇਗਾ ਜਿਹੜਾ ਐਲਡੀਹਾਈਡੀ ਗਰੁੱਪ ਆ ਉਹਨੂੰ ਹਾਈਡਰੋਜਨ ਪ੍ਰੋਵਾਈਡ ਕਰਕੇ ਐਲਕੋਹਲਸ ਕਨਵਰਟ ਕਰ ਦੋ ਐਲਕੋਹਲ ਦੀ ਆਕਸੀਡੇਸ਼ਨ ਕਰੋ ਐਲਡੀਹਾਈਡ ਕੀਟੋਨਸ ਐਲਡੀਹਾਈਡ ਕੀਟੋਨਸ ਦੀ ਰਿਡਕਸ਼ਨ ਕਰੋ ਐਲਕੋਹਲਸ ਪ੍ਰਾਇਮਰੀ ਐਂਡ ਸੈਕੰਡਰੀ ਇਹ ਐਲਡੀਹਾਈਡ ਕੀਟੋਨ ਵਾਲੇ ਚੈਪਟਰ ਚ ਆਪਾਂ ਪੜਿਆ ਹੋਇਆ ਸਾਰਾ ਉੱਥੋਂ ਤੁਸੀਂ ਰਿਵਾਈਜ਼ ਕਰ ਸਕਦੇ ਹੋ ਤਾਂ ਕੋਈ ਵੀ ਰਿਡਿਊਸਿੰਗ ਏਜੰਟ ਐਡ ਕੀਤਾ ਮਾਈਲ तो वी विल गैट दिस थिंग जोड़ा सी एच ओ ग्रुप है एल डी आर ग्रुप है इतने भी एलकोहलिक ग्रुप आ गया सी एच टू ओ एच और बाकी सारी चेन एस एच ठीक है एंड दिस इज कॉल्ड ए नाम है सॉर्बी इन सॉर्बी टोल का नाम दिखे और एक नेम दैट इज़ ग्लूसीटोल या ग्लूकीटोल जो मर्जी कह सकते हो सॉर्बीटोलता ज़्यादा चलता नाम ਰੀਡਿਊਸ ਹੋ ਗਿਆ ਐਲਡੀਹਾਇਡ ਅਲਕੋਹਲਸ ਕਨਵਰਟ ਹੋ ਗਿਆ ਪ੍ਰਾਇਮਰੀ ਅਲਕੋਹਲ ਦੇ ਵਿੱਚ ਕੀਟੋਨਸ ਕੰਟਰੀ ਅਲਕੋਹਲਸ ਕਨਵਰਟ ਹੁੰਦੇ ਆ ਤੋ ਇਹ ਰਿਡਿਊਸਿੰਗ ਏਜੰਟ ਪਾ ਕੇ ਮਾਈਲਡ ਜਿਆ ਇਹਨੂੰ ਵਿੱਚ ਕਨਵਰਟ ਕਰ ਲਿਆ ਹੁਣ ਇੱਕ ਰਿਡਕਸ਼ਨ ਸੀ ਸੈਪਰੇਟ ਡਿਸਕਸ ਕਰਦੇ ਆ ਉਹ ਐਲਡੀਹਾਇਡਿਕ ਗਰੁੱਪ ਦੀ ਰਿਐਕਸ਼ਨ ਕਹਿ ਵੀ ਸਕਦੇ ਆ ਨਹੀਂ ਵੀ ਕਹਿ ਸਕਦੇ ਕਿਉਂਕਿ ਉਹਦੇ ਚ ਪੂਰਾ ਮੋਲੀਕਿਊਲ ਯੂਜ਼ ਹੋਣਾ ਰਿਡਕਸ਼ਨ ਰਿਐਕਸ਼ਨ ਆਫ ਹੋਲ ਗਲੂਕੋਜ਼ ਮੋਲੀਕਿਊਲ ਹੈ ਇਹ ਚ ਸਿਰਫ ਐਲਡੀਹਾਈਡਿਕ ਗਰੁੱਪ ਨੂੰ ਯੂਜ਼ ਹੁੰਦਾ ਤੋਂ ਉਹਦੇ ਚ ਅਸੀਂ ਜਿਹੜਾ ਰਿਡਿਊਸਿੰਗ ਏਜੰਟ ਯੂਜ਼ ਕਰਦੇ ਆ ਉਹ ਹੈ ਕੰਬੀਨੇਸ਼ਨ ਆਫ ਹਾਈਡਰੋ ਆਇਓਡਿਕ ਐਸਿਡ ਐਂਡ ਰੈਡ ਫਾਸਫੋਰਸ ਇਟ ਇਜ਼ ਅ ਰਿਡਿਊਸਿੰਗ ਏਜੰਟ ਤੋਂ ਉਹ ਜਦੋਂ ਅਸੀਂ ਯੂਜ਼ ਕਰਨਾ CH2OH CHOSOH4 choh this is glucose reducing agent use kita hydrogen iodide and red phosphorus dono da mixture te sade kol ki baneya sare alcoholic groups sare jinne bhi hai secondary ache primary te aldehyde group sare de sare reduce ho gaye ਰੀਡਕਸ਼ਨ ਦਾ ਮਤਲਬ ਹੁੰਦਾ ਐਡੀਸ਼ਨ ਆਫ ਹਾਈਡਰੋਜਨ ਯਾ ਰਿਮੂਵਲ ਆਫ ਆਕਸੀਜਨ ਸਭ ਤੋਂ ਆਕਸੀਜਨ ਲੈ ਕੇ ਸਭ ਨੂੰ ਹਾਈਡਰੋਜਨ ਦੇਤੇ ਤਾਂ ਸਿੰਪਲੀ ਸਾਡੇ ਕੋਲ ਕੀ ਆ ਗਿਆ CH3 CH2 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 CH2, CH2 CH3 ਦਿਸ ਇਜ਼ n-hexene n-hexene ਬਣ ਗਿਆ ਸਾਰੇ 6 ਦੇ 6 ਕਾਰਬਨ ਐਟਮਸ ਤੋਂ ਆਕਸੀਜਨ ਲੈ ਕੇ ਹਾਈਡਰੋਜਨ ਦੇਤੇ ਤਾਂ ਫਿਰ ਉਹ ਸਿੰਪਲ ਐਲਕੇਨ ਬਣ ਗਿਆ ਇਹ ਸਪੈਸ਼ਲ ਰਿਡਕਸ਼ਨ ਹੈ ਜਿੱਚ ਪੂਰਾ ਦਾ ਪੂਰਾ ਗਲੂਕੋਜ਼ ਮੋਲੀਕਿਊਲ ਯੂਜ਼ ਹੁੰਦਾ ਫਿਰ ਆਪਣੇ ਕੋਲ ਆ ਜਾਂਦੀਆਂ ਰਿਐਕਸ਼ਨਸ ਆਫ ਐਲਕੋਹੋਲਿਕ ਗਰੂਪਸ ਜਿਹੜੇ ਐਲਕੋਹੋਲਿਕ ਗਰੂਪਸ ਲੱਗੀਆਂ ਹੁਣ ਉਹਨਾਂ ਦੀ ਰਿਐਕਸ਼ਨਸ ਹੋਣੀਆਂ ਠੀਕ ਹੈ ਤੋਂ ਇਹਦੇ ਵਿੱਚ ਸਭ ਤੋਂ ਪਹਿਲੀ ਹੈਗੀ ਹੈ ਐਸੀਟਾਈਲੇਸ਼ਨ ਰਿਐਕਸ਼ਨ ਐਸੀਟਾਈਲੇਸ਼ਨ ਔਰ ਸਿੰਪਲੀ ਐਸਾਈਲੇਸ਼ਨ ਰੀਐਕਸ਼ਨ ਐਸੀਟਾਈਲੇਸ਼ਨ ਔਰ ਐਸਾਈਲੇਸ਼ਨ ਦਾ ਮਤਲਬ ਹੈ ਜਿਹੜੇ OH ਗਰੁੱਪਸ ਆ ਉਹ OH ਗਰੁੱਪਸ ਨੂੰ ਰਿਮੂਵ ਕਰਕੇ ਤੇ ਐਸੀਟਾਈਲ ਗਰੁੱਪ ਲਗਾ ਦੇਣਾ ਜਿਵੇਂ ਜਨਰਲ ਰੀਐਕਸ਼ਨ ਕਰਨਾ ਜਨਰਲ ਰੀਐਕਸ਼ਨ ਇਹ ਵਾਲੀ ਇੱਕ ਐਗਜ਼ਾਮਪਲ ਦੇ ਤੌਰ ਤੇ ਤਾਂ ਆ ਮੰਨ ਲਓ ਸਾਡਾ ਐਲਕੋਹਲ ਆ R OH ਤੇ ਜਦੋਂ ਵੀ ਮੈਂ ਇਹਨੂੰ ਐਸਿਡਿਕ ਐਨਹਾਈਡਰਾਇਟ ਦੇ ਨਾਲ ਰਿਐਕਟ ਕਰਾਉਂਗਾ ਐਸਿਡਿਕ ਐਨਹਾਈਡਰਾਇਟ ਉਹ ਆ ਹੁੰਦਾ CH3 CO O CO CH3 ਦਿਸ ਇਜ਼ ਐਸਿਡਿਕ ਐਨਹਾਈਡਰਾਇਟ ਤਾਂ ਯਾਦ ਰੱਖਿਓ ਐਲਕੋਹਲ ਦੀ ਐਸਿਡਿਕ ਐਨਹਾਈਡਰਾਇਡ ਦੇ ਨਾਲ ਰਿਐਕਸ਼ਨ ਕਿੱਦਾਂ ਹੋਣੀ ਹੈ ਜਿੱਦਾਂ ਐਲਕੋਹਲ ਦੀ ਕਾਰਬੋਕਸਿਕ ਐਸਿਡ ਨਾਲ ਹੁੰਦੀ ਹੁੰਦੀ ਅਸਲ ਦੇ ਵਿੱਚ ਇਹ ਕਾਰਬੋਕਸਿਕ ਐਸਿਡ ਤੋਂ ਹੀ ਬਣਿਆ ਜੇ ਐਨੇ ਗਰੁੱਪ ਦੀ ਜਗ੍ਹਾ ਤੇ O ਦੇ ਨਾਲ H ਲੱਗਿਆ ਹੋਵੇ ਤਾਂ ਉਹ ਸਿੰਪਲ ਕਾਰਬੋਕਸਿਕ ਐਸਿਡ ਹੈ ਠੀਕ ਹੈ ਨਾ ਤਾਂ ਕਾਰਬੋਕਸਿਕ ਐਸਿਡ ਦੀ ਐਲਕੋਹਲ ਨਾਲ ਰਿਐਕਸ਼ਨ ਕਿੱਦਾਂ ਹੁੰਦੀ ਹੈ ਐਲਕੋਹਲ ਦਾ ਹਾਈਡਰੋਜਨ ਤੇ ਕਾਰਬੋਕਸਿਕ ਐਸਿਡ ਦਾ OH ਗਰੁੱਪ ਇਹ ਆਪਸ ਚ ਕੰਬਾਈਨ ਕਰਕੇ ਵਾਟਰ ਬਣਾ ਕੇ ਬਾਹਰ ਨਿਕਲ ਜਾਂਦੇ ਆ ਤਾਂ ਹੁਣ ਵੀ ਉਦਾਂ ਹੀ ਹੋਣਾ ਕਿਉਂਕਿ H ਦੀ ਜਗ੍ਹਾ ਤੇ A ਲੱਗਿਆ ਤੋ ਇੱਥੋਂ ਇੰਨਾ ਹਿੱਸਾ ਰਿਮੂਵ ਹੋਏਗਾ OH ਨਹੀਂ ਨਾ ਹੈਗਾ ਆ ਚੀਜ਼ ਆ ਤੇ ਇੱਥੋਂ H ਰਿਮੂਵ ਹੋਏਗਾ ਆ ਚੀਜ਼ ਆ ਗਈ ਤੋ ਕੀ ਬਣਿਆ ਮਾਈਨਸ ਵਾਟਰ ਆਰ O C O CH3 ਆ ਚੀਜ਼ ਆ ਗਈ ਦਿਸ ਇਜ਼ ਐਸੀਟਾਈਲੇਸ਼ਨ ਔਰ ਐਸਾਈਲੇਸ਼ਨ ਰਿਐਕਸ਼ਨ ਆਫ ਐਲਕੋਹਲ ਜਿਹਦੇ ਵਿੱਚ ਐਲਕੋਹਲ ਗਰੁੱਪ ਐਸੀਟਾਈਲ ਗਰੁੱਪ ਚ ਕਨਵਰਟ ਹੋ ਗਿਆ ਮਤਲਬ OH ਗਰੁੱਪ ਹੁਣ OH ਗਰੁੱਪ ਨਹੀਂ ਰਿਹਾ OH ਗਰੁੱਪ ਦੀ ਹਾਈਡਰੋਜਨ ਨਿਕਲ ਕੇ CH3CO ਲੱਗ ਗਿਆ ਇਹ ਐਸੀਟਾਈਲੇਸ਼ਨ ਆ ਜੇ ਇੱਥੇ CH3 ਦੀ ਜਗ੍ਹਾ ਤੇ ਸਿੰਪਲ R ਹੋਵੇ ਫਿਰ ਉਹ ਐਸਾਈਲੇਸ਼ਨ ਹੋ ਜਾਂਦੀ ਐਸਾਈਲੇਸ਼ਨ ਇਜ਼ ਜਨਰਲ ਰਿਐਕਸ਼ਨ ਜੇ R ਦੀ ਜਗ੍ਹਾ ਤੇ CH3 ਆ ਉਹ ਐਸੀਟਾਈਲੇਸ਼ਨ ਹੋ ਜਾਂਦੀ ਆ ਹੁਣ ਆਹੀ ਚੀਜ਼ ਸੇਮ ਗਲੂਕੋਜ਼ ਅਪਲਾਈ ਕਰੀਏ ਆਪਾਂ ਗਲੂਕੋਜ਼ ਦੇ ਵਿੱਚ 5 OH ਗਰੁੱਪਸ ਲੱਗੇ ਆ CHO CHOH 4 ਆਹਾ ਤੇ CH2OH 5ਵਾਂ ਆਹਾ ਤੋਂ ਇਹਦੇ ਵਿੱਚ ਅਸੀਂ ਜਦੋਂ ਐਸਟਿਕ ਐਨਹਾਈਡਰਾਈਡ ਐਡ ਕਰਨਾ ਤਾਂ ਉਹਦੇ 5 ਮੋਲਸ ਯੂਜ਼ ਹੋਣੇ ਆ ਆ ਦੇਖੋ 5 ਮੋਲਸ ਵਿਲ ਬੀ ਯੂਜ਼ਡ ਮਾਈਨਸ 5 ਵਾਟਰ ਐਂਡ ਵੀ ਵਿਲ ਗੈਟ CHO H C O ਐਲਕੋਹਲ ਦੀ H ਨਿਕਲਦੀ ਹੈ ਨਾ ਇੱਥੋਂ ਐਲਕੋਹਲ ਦੀ H ਕੱਢ ਦੋ H ਦੀ ਜਗ੍ਹਾ ਤੇ ਕੀ ਲੱਗਦਾ ਆ ਕਿ C O C H 3 ਇੱਥੇ ਵੀ ਕੀ ਲਗਾਵਾਂਗੇ C O C H 3 4 H2 C O ਨਾਲ ਕੀ ਲਾਇਆ C O C H 3 ਤਾਂ ਹੀ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਸਿੰਪਲ ਐਲਕੋਹਲ ਦੀ ਕਰਕੇ ਦਿਖਾਤੀ ਕਿ ਐਲਕੋਹਲ ਦੀ H ਨਿਕਲਦੀ ਉਹਦੀ ਜਗ੍ਹਾ ਤੇ C O C H 3 ਲੱਗ ਜਾਂਦਾ ਆ ਕੇ ਇਤੋਂ ਆਕਸੀਜਨ ਦੀ ਵੈਲੈਂਸੀ ਘਟਦੀ ਹੈ ਤੋ ਕਾਰਬਨ ਦੀ ਵੈਲੈਂਸੀ ਘਟਦੀ ਹੈ ਇਹ ਦੋਨੋਂ ਆਪਸ ਚ ਕੰਬਾਈਨ ਕਰਕੇ ਆ ਚੀਜ਼ ਆ ਬੌਂਡ ਬਣਾ ਲੈਂਦੇ ਆ ਸੇਮ ਉਦੀ ਆਪਾਂ ਗਲੂਕੋਜ਼ ਤੇ ਅਪਲਾਈ ਕਰਤਾ ਇਹਨੂੰ ਅਸੀਂ ਬੋਲਦੇ ਆ ਗਲੂਕੋਜ਼ ਪੈਂਟਾ ਐਸੀਟੇਟ ਗਲੂਕੋਜ਼ ਮੋਲੀਕਿਊਲ ਤੇ ਪੰਜ ਐਸੀਟੇਟ ਗਰੁੱਪ ਲੱਗ ਗਿਆ ਕਿ ਗਲੂਕੋਜ਼ ਪੈਂਟਾ ਐਸੀਟੇਟ ਆ ਗਲੂਕੋਜ਼ ਆ ਐਸੀਡਿਕ ਐਨਹਾਈਡਰਾਇਡ ਠੀਕ ਹੈ ਤੋ ਇਹ ਐਲਕੋਹਲਿਕ ਗਰੁੱਪ ਦੀ ਰਿਐਕਸ਼ਨ ਆ ਸੋ ਬੇਟਾ ਥੀਜ਼ ਆਰ ਦਾ ਰੀਐਕਸ਼ਨਸ ਜਿਹੜੀਆਂ ਮੋਸਟ ਇੰਪੋਰਟੈਂਟ ਆ ਔਰ ਜਿਹੜੀਆਂ ਯੂਜ਼ ਹੋਣੀਆਂ ਵਾ ਗਲੂਕੋਜ਼ ਦੀ ਸਟਰਕਚਰ ਡਿਟਰਮੀਨੇਸ਼ਨ ਦੇ ਵਿੱਚ ਹੁਣ ਹਾਊ ਸਟਰਕਚਰ ਡਿਟਰਮੀਨੇਸ਼ਨ ਆਫ ਗਲੂਕੋਸ ਇਜ਼ ਡਨ ਆਪਾਂ ਕੀ ਕੀਤਾ ਆਪਾਂ ਪੁੱਠਾ ਜੱਲੇ ਆ ਆਪਾਂ ਪਹਿਲਾਂ ਸਟਰਕਚਰ ਡਰਾ ਕਰਕੇ ਉਸ ਤੋਂ ਬਾਅਦ ਰਿਐਕਸ਼ਨਸ ਕੀਤੀਆਂ ਲੇਕਿਨ ਪਹਿਲਾਂ ਗਲੂਕੋਜ਼ ਦੀ ਸਟਰਕਚਰ ਪਤਾ ਨਹੀਂ ਸੀ ਗਲੂਕੋਜ਼ ਦੀਆਂ ਪਹਿਲਾਂ ਕੈਮੀਕਲ ਪ੍ਰੋਪਰਟیز ਨੂੰ ਸਟੱਡੀ ਕੀਤਾ ਗਿਆ ਸੀ ਇਫ ਵੀ ਟਾਕ ਅਬਾਊਟ ਦਾ ਪਾਸਟ ਟਾਈਮ ਪਹਿਲਾਂ ਕੈਮੀਕਲ ਪ੍ਰੋਪਰਟیز ਨੂੰ ਸਟੱਡੀ ਕੀਤਾ ਗਿਆ ਦੈਨ ਕੱਲੀ-ਕੱਲੀ ਰਿਐਕਸ਼ਨ ਦਾ ਜੋ ਆਊਟਕਮ ਆਇਆ ਕੱਲੀ-ਕੱਲੀ ਰਿਐਕਸ਼ਨ ਦੇ ਜੋ ਪ੍ਰੋਡਕਟਸ ਆਏ ਉਹਦੇ ਤੋਂ ਫਿਰ ਗਲੂਕੋਜ਼ ਦੀ ਸਟਰਕਚਰ ਦਾ ਅੰਦਾਜ਼ਾ ਲਗਾਇਆ ਗਿਆ ਬਾਅਦ ਫਿਰ ਉਹਨੂੰ ਐਕਸਪੈਰੀਮੈਂਟਲੀ ਡਿਟਰਮਨ ਕੀਤਾ ਗਿਆ ਉਹ ਚੀਜ਼ ਕਿੱਦਾਂ ਕੀਤੀ ਗਿਆ ਆਪਾਂ ਹੁਣ ਉਹ ਰਿਵਾਈਜ਼ ਕਰਨ ਲੱਗੇ ਆ ਆਪਾਂ ਪੁੱਠਾ ਚੱਲਣ ਲੱਗੇ ਆ ਇੱਕਲੋ ਹੁਣ ਆਪਸਲ ਚ ਸਿੱਧਾ ਚੱਲਣ ਲੱਗੇ ਆ ਕਿ ਕੈਮੀਕਲ ਪ੍ਰੋਪਰਟیز ਦੇ ਪ੍ਰੋਡਕਟਸ ਤੋਂ ਸਟਰਕਚਰ ਕਿੱਦਾਂ ਡਿਟਰਮਨ ਕੀਤੀ ਗਈ ਸੀ ਗਲੂਕੋਸ ਦੀ ਹੁਣ ਆ ਗਲੂਕੋਸ ਦੀ ਸਟਰਕਚਰ ਆ ਦਿਸ ਇਜ਼ ਦਾ ਸਟਰਕਚਰ ਆਫ ਗਲੂਕੋਸ ਸਭ ਤੋਂ ਪਹਿਲਾਂ ਇਹ ਕਿੱਦਾਂ ਦੇਖਿਆ ਗਿਆ ਕਿ ਇਹਦੇ ਵਿੱਚ ਕਾਰਬੋਨਿਲ ਗਰੁੱਪ ਪ੍ਰੈਜ਼ੈਂਟ ਆ ਹਾਊ ਇਟ ਵਾਸ ਕਨਫਰਮਡ ਕਿ ਗਲੂਕੋਸ ਦੇ ਵਿੱਚ ਇੱਕ ਕਾਰਬੋਨਿਲ ਗਰੁੱਪ ਪ੍ਰੈਜ਼ੈਂਟ ਆ ਉਹ ਕਿੱਦਾਂ ਉਹ ਅਨ ਰਿਐਕਸ਼ਨਸ ਤੋਂ HCN ਨਾਲ ਕੰਬਾਈਨ ਕਰ ਰਿਹਾ ਹਾਈਡਰੋਕਸਲਾਮੀਨ ਨਾਲ ਕੰਬਾਈਨ ਕਰ ਰਿਹਾ ਵਾ ਫੀਨਾਈਲ ਹਾਈਡਰਾਜ਼ੀਨ ਨਾਲ ਕੰਬਾਈਨ ਕਰ ਰਿਹਾ ਤਾਂ ਦਾ ਰਿਐਕਸ਼ਨ ਆਫ ਗਲੂਕੋਜ਼ ਵਿਦ HCN ਹਾਈਡਰੋਕਸਲਾਮੀਨ HCN ਨੂੰ ਹਾਈਡਰੋਸਾਈਨਾਈਡ ਬੋਲਦੇ ਆ ਹਾਈਡਰੋਕਸਲਾਮੀਨ ਫੀਨਾਈਲ ਹਾਈਡਰਾਜ਼ੀਨ ਥੀਜ਼ ਰਿਐਕਸ਼ਨਸ ਕਨਫਰਮਡ ਥੈਟ देयर इज ਪ੍ਰੈਜ਼ੈਂਸ ਆਫ 카ਰਬੋਨਿਲ ਗਰੁੱਪ ਕਿਉਂਕਿ ਇਹ ਰਿਐਕਸ਼ਨ ਸਿਰਫ 카ਰਬੋਨਿਲ ਗਰੁੱਪ ਦੀਆਂ ਹੁੰਦੀਆਂ ਐਲਡੀਹਾਈਡਸ ਐਂਡ ਕੀਟੋਨਸ ਦੀਆਂ ਹੁੰਦੀਆਂ। ਤੋਂ ਉੱਥੋਂ ਇਹ ਪਤਾ ਲੱਗ ਗਿਆ ਕਿ ਯਾ ਐਲਡੀਹਾਈਡ ਗਰੁੱਪ ਹੁੰਦਾ ਯਾ ਕੀਟੋਨ ਗਰੁੱਪ ਹੁੰਦਾ। ਉਸ ਤੋਂ ਬਾਅਦ ਇਹ ਕਿੱਦਾਂ ਕਨਫਰਮ ਕੀਤਾ ਗਿਆ ਕਿ ਇਹਦੇ 'ਚ ਜਿਹੜਾ ਕਾਰਬੋਨਿਲ ਗਰੁੱਪ ਆ ਉਹ ਐਲਡੀਹਾਈਡੀ ਗਰੁੱਪ ਆ। ਉਹ ਕੀਟੋਨਿਕ ਗਰੁੱਪ ਨਹੀਂ ਹੈਗਾ ਕਿਉਂਕਿ ਕੀਟੋਨਸ ਵੀ ਇਹ ਰਿਐਕਸ਼ਨ ਸ਼ੋ ਕਰਦੇ ਆ ਕੀਟੋਨ ਵੀ ਐਚਸੀਐਨ ਇਹਦੇ ਨਾਲ ਇਹਦੇ ਨਾਲ ਕੰਬਾਈਨ ਕਰ ਜਾਂਦਾ ਵਾ। ਤੋਂ ਇਹ ਕਿੱਦਾਂ ਪਤਾ ਕਿੱਦਾਂ ਗਿਆ ਕਿ ਇਹ ਐਲਡੀਹਾਈਡੀ ਗਰੁੱਪ ਆ? ਉਹ ਪਤਾ ਕੀਤਾ ਗਿਆ ਇਹਨਾਂ ਰਿਐਕਸ਼ਨਸ ਤੋਂ। ਕਿਉਂਕਿ ਕੀਟੋਨ ਦੀ ਆਕਸੀਡੇਸ਼ਨ ਲਈ ਸਾਨੂੰ ਸਟਰੋਂਗ ਆਕਸੀਡਾਈਜ਼ਿੰਗ ਏਜੈਂਟਸ ਚਾਹੀਦੇ ਆ ਤੇ ਇਹ ਤਿੰਨੋਂ ਹੈਗੇ ਵੀਕ ਆਕਸੀਡਾਈਜ਼ਿੰਗ ਏਜੈਂਟਸ ਕੀਟੋਨਸ ਇਹਨਾਂ ਤਿੰਨਾਂ ਦੇ ਨਾਲ ਰिएक्ट ਕਰਦੇ ਨਹੀਂਗਾ ਇਹ ਆਪਾਂ ਐਲਡੀਹਾਇਡ ਕੀਟੋਨਸ ਦੇ ਵਿੱਚ ਪੜ ਕੇ ਆਏ ਹੋਏ ਆ ਤਾਂ ਟੋਲਨਜ਼ ਰੀਜੈਂਟ ਟੈਸਟ ਬੈਂਡਿਕਟ ਸੋਲੂਸ਼ਨ ਟੈਸਟ ਫੈਲਿੰਗ ਸੋਲੂਸ਼ਨ ਟੈਸਟ ਕਨਫਰਮਡ ਥੈਟ ਦਾ ਕਾਰਬੋਨਲ ਗਰੁੱਪ ਪ੍ਰੈਜ਼ੈਂਟ ਇਨ ਗਲੂਕੋਜ਼ ਇਜ਼ ਐਲਡੀਹਾਇਡਿਕ ਬਿਕਾਜ਼ ਓਨਲੀ ਐਲਡੀਹਾਇਡਸ ਕੈਨ ਰिएक्ट ਵਿਦ ðiਸ ਥਰੀ ਰੀਜ ਰੀਜੈਂਟਸ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹ ਕਿਦਾ ਪਤਾ ਕੀਤਾ ਗਿਆ ਕਿ ਉਹਦੇ ਵਿੱਚ 5 ਹਾਈਡਰੋਕਸਾਈਡ ਗਰੁੱਪਸ ਆ 5 ਐਲਕੋਹੋਲਿਕ ਗਰੁੱਪਸ ਉਹ ਪਤਾ ਕੀਤਾ ਗਿਆ ਇਸ ਰਿਐਕਸ਼ਨ ਤੋਂ ਜਦੋਂ ਗਲੂਕੋਜ਼ ਦੇ ਐਸਟਿਕ ਐਨਹਾਈਡਰਾਇਡ ਨਾਲ ਰਿਐਕਸ਼ਨ ਕੀਤੀ ਤਾਂ ਇੱਕ ਗਲੂਕੋਜ਼ ਮੋਲੀਕਿਊਲ ਨੇ ਪੰਜ ਐਸਟਿਕ ਐਨਹਾਈਡਰਾਇਡ ਦੇ ਮੋਲੀਕਿਊਲ ਯੂਜ਼ ਕੀਤੇ ਔਰ ਪੈਂਟਾ ਐਸਿਟੇਟ ਬਣ ਗਿਆ ਜਿਹੜਾ ਪ੍ਰੋਡਕਟ ਬਣਿਆ ਉਹਦੇ ਚ ਪੰਜ ਐਸੀਟੇਟ ਗਰੁੱਪ ਲੱਗੇ ਹੋਏ ਸੀ ਔਰ ਸਾਨੂੰ ਪਤਾ ਕਿ ਇੱਕ OH ਗਰੁੱਪ ਇੱਕ ਐਸਟਿਕ ਐਨਹਾਈਡ੍ਰੇਟ ਦੇ ਮੋਲੀਕੂਲਾਂ ਕੰਬਾਈਨ ਕਰਦਾ ਦੋ OH ਗਰੁੱਪਸ ਦੋ ਮੋਲੀਕੂਲ ਯੂਜ਼ ਕਰਨਗੇ ਤੇ ਜੇ ਪੰਜ OH ਗਰੁੱਪਸ ਆ ਤਾਂ ਹੀ ਇਹਦੇ ਪੰਜ ਮੋਲੀਕੂਲ ਯੂਜ਼ ਹੋ ਕੇ ਪੈਂਟਾ ਐਸੀਟੇਟ ਬਣਿਆ ਔਰ ਫਾਰਮੇਸ਼ਨ ਆਫ ਪੈਂਟਾ ਐਸੀਟੇਟ ਐਂਡ ਯੂਜੇਜ ਆਫ ਕੰਬੀਨੇਸ਼ਨ ਆਫ 1 ਗਲੂਕੋਜ਼ ਮੋਲੀਕੂਲ ਵਿਦ 5 ਐਸਟਿਕ ਐਨਹਾਈਡ੍ਰੇਟ ਮੋਲੀਕੂਲਸ ਟੂ ਯੀਲਡ ਅ ਪੈਂਟਾ ਐਸੀਟੇਟ confirmed that there are present five alcoholic groups in one glucose molecules otho confirm hoya pher eh kittho confirm hoya ke ina panja de vichon sirf ikko hi alcoholic group primary hai baki sare secondary hai aa padhya si na apan dekho ਕਿ ਇੱਕ ਪ੍ਰਾਈਮਰੀ ਐਲਕਹੋਲਿਕ ਗਰੁੱਪ ਆ ਬਾਕੀ ਚਾਰੋ ਸੈਕੰਡਰੀ ਹੈ ਤਾਂ ਆ ਪ੍ਰਾਈਮਰੀ ਐਲਕਹੋਲਿਕ ਗਰੁੱਪ ਦੀ ਪਛਾਣ ਕੀਤੀ ਹੋਈ ਪ੍ਰਾਈਮਰੀ ਐਲਕਹੋਲਿਕ ਗਰੁੱਪ ਦੀ ਪਛਾਣ ਹੋਈ ਇਸ ਰਿਐਕਸ਼ਨ ਤੋਂ ਰਿਐਕਸ਼ਨ ਵਿਦ ਨਾਈਟ੍ਰਿਕ ਐਸਿਡ ਕਿਉਂਕਿ ਨਾਈਟ੍ਰਿਕ ਐਸਿਡ ਇੱਕ ਆਕਸੀਡਾਈਜ਼ਿੰਗ ਏਜੰਟ ਸੀਗਾ ਉਹਨੇ ਐਲਡੀਹਾਇਡ ਨੂੰ ਤਾਂ ਕਾਰਬੋਕਸਿਲਿਕ ਐਸਿਡਸ ਕਨਵਰਟ ਕਰਨੇ ਕਰਨਾ ਸੀ ਉਹਨੇ ਸਭ ਤੋਂ نیچے ਵਾਲੀ ਇੱਕ ਹੋਰ ਕਾਰਬਨ ਨੂੰ ਕਾਰਬੋਕਸਿਲਿਕ ਐਸਿਡਸ ਕਨਵਰਟ ਕਰਤਾ ਤਾਂ ਉਤੋਂ ਕੀ ਮਤਲਬ ਪਤਾ ਲੱਗ ਗਿਆ ਕਿਉਂਕਿ ਜਿਹੜੇ ਪ੍ਰਾਈਮਰੀ ਐਲਕੋਹਲਸ ਹੁੰਦੇ ਆ ਉਹੀ ਐਲਡੀਹਾਇਡ ਦੇ ਵਿੱਚ ਆਕਸੀਡਾਈਜ਼ ਹੁੰਦੇ ਆ ਤੇ ਮੁੜ ਕੇ ਐਲਡੀਹਾਇਡ ਦੀ ਆਕਸੀਡੇਸ਼ਨ ਇਜ਼ ਵੈਰੀ ਈਜ਼ੀ ਇੰਟੂ ਕਾਰਬੋਕਸਿਲਿਕ ਐਸਿਡ ਕੀਟੋਨਸ ਜਿਹੜੇ ਆ ਉਹਨਾਂ ਦੀ ਤਾਂ ਕਾਰਬੋਕਸਿਲਿਕ ਐਸਿਡ ਦੇ ਵਿੱਚ ਆਕਸੀਡੇਸ਼ਨ ਜਿਹੜੀ ਆ ਇਟ ਇਜ਼ ਵੈਰੀ ਡਿਫਿਕਲਟ ਉਹ ਬਹੁਤ ਡਰਾਸਟਿਕ ਕੰਡੀਸ਼ਨਸ ਦੇ ਅੰਡਰ ਹੁੰਦੀ ਆ ਆਕਸੀਡੇਸ਼ਨ ਆਫ ਕੀਟੋਨਸ ਇੰਟੂ ਕਾਰਬੋਕਸਿਲਿਕ ਐਸਿਡ ਲੇਕਿਨ ਨਾਈਟ੍ਰਿਕ ਐਸਿਡ ਦੇ ਨਾਲ ਜਿਹੜੀ ਰਿਐਕਸ਼ਨ ਹੋਈ ਉਹਦੇ ਚ ਇੱਕ ਐਲਕੋਹੋਲਿਕ ਗਰੁੱਪ ਇੱਕ ਕਾਰਬੋਕਸਿਲਿਕ ਐਸਿਡ ਗਰੁੱਪ ਤਾਂ ਆਣਾ ਹੀ ਆਣਾ ਸੀਗਾ एलडीहाइड तो एक होर कार्बोक्सलिक एसिड ग्रुप बन गया तो वह बनया होगा डेफिनेटली अगर प्राइमरी एल्कोहलिक ग्रुप होएगा क्योंकि प्राइमरी एलकोहलिक ग्रुप्स गेट्स कन्वर्टेड इनटू एल्डिहाइडिक ग्रुप एंड एल्डिहाइडिक ग्रुप कैन वेरी इजीली बी कन्वर्टेड इनटू कार्बोक्सिलिक एसिड ग्रुप विदाउट यूजिंग एनी ड्रास्टिक कंडीशंस तो उतो कन्फर्म कि एक अलकोहलिक ग्रुप प्राइमरी है जे वो भी प्राइमरी ना हों साडे को नाइट्रिक एसिड के न रिएक्शन करके भी सिर्फ इको कार्बोक्सलिक एसिड ग्रुप बनना द फॉरमेशन ऑफ टू कार्बोक्सलिक एसिड ग्रुप्स वेन ग्लूकोज इज मेड टू रिएक्ट विद नाइट्रिक एसिड कन्फर्मस दैट आउट ऑफ फाइव एल्कोहलिक ग्रुप्स वन एल्कोहलिक ग्रुप इज प्राइमरी एल्कोहलिक ग्रुप बिकॉज प्राइमरी एल्कोहलिक ग्रुप इज ऑक्सीडाइज्ड इंटू एल्टीहाइड्रिक ग्रुप विच इज़ वेरी ईजीली ऑक्सीडाइज इंटू कार्बोक्सलिक एसिड ग्रुप so we get two carboxylic acid group one from aldehyde group and one from primary alcoholic group uttho confirm hoya theek hai ji hun aa cheez confirm hogi aldehyde group confirm ho gaya ek primary alcoholic group baaki sare secondary straight chain kittho pata lagi ke 6 de 6 carbon atoms ekko chain de vich laggeya ਚੇਨ ਬ੍ਰਾਂਚ ਨਹੀਂ ਹੈਗੀ ਇਹ ਨਹੀਂ ਕਿ ਪੰਜ ਇੱਕ ਚੇਨ ਦੇ ਵਿੱਚ ਤੇ ਛੇਵਾਂ ਕਿਤੇ ਬ੍ਰਾਂਚ ਬਣ ਕੇ ਲੱਗਿਆ ਸਾਰੇ ਛੇ ਦੇ ਵਿੱਚ ਇੱਕੋ ਚੇਨ ਦੇ ਵਿੱਚ ਆ ਉਹ ਉਦੋਂ ਪਤਾ ਲੱਗਿਆ ਜਦੋਂ ਗਲੂਕੋਜ਼ ਦੀ ਅਸੀਂ ਆਰ ਰਿਡਕਸ਼ਨ ਰਿਐਕਸ਼ਨ ਕਰਵਾਈ ਵੈਨ ਗਲੂਕੋਜ਼ ਵਾਸ ਰਿਡਿਊਸਡ ਯੂਜ਼ਿੰਗ ਹਾਈਡਰੋਜਨ ਹਾਈਡਰੋਆਇਡ ਹਾਈਡਰੋਜਨ ਆਇਓਡਾਈਡ ਐਂਡ ਰੈਡ ਫਾਸਫੋਰਸ ਐਜ਼ ਰਿਡਿਊਸਿੰਗ ਏਜੈਂਟ ਤੇ ਐਨ ਹੈਕਸੇਨ ਬਣ ਗਿਆ ਐਨ ਹੈਕਸੇਨ ਮਤਲਬ 올 ਦਾ 6 ਕਾਰਬਨ ਐਟਮਸ ਆਰ ਲਿੰਕਡ in one single straight chain n ਦਾ ਮਤਲਬ ਇਹ ਹੁੰਦਾ ব্রাਨਚਿੰਗ ਹੈ ਨਹੀਂ ਕਿ ਤਾਂ ਕਿਉਂਕਿ n ਹੈਕਸੇਨ ਬਣਿਆ ਜੇ ਸਾਡੇ ਕੋਲ ਆਈਸੋ ਹੈਕਸੇਨ ਬਣਿਆ ਹੁੰਦਾ ਜਾਂ ਸਾਡੇ ਕੋਲ ਨਿਓ ਹੈਕਸੇਨ ਬਣਿਆ ਹੁੰਦਾ ਫਿਰ ਅਸੀਂ ਕਹਿੰਦੇ ਕਿ ਗਲੂਕੋਜ਼ ਦੇ ਵਿੱਚ ਇਹਦੇ 6 ਕਾਰਬਨ ਆਟਮ ਸਟ੍ਰੇਟ ਚੇਨ ਚ ਨਹੀਂ ਲੱਗੇ ਲੇਕਿਨ ਕਿਉਂਕਿ n ਹੈਕਸੇਨ ਬਣਿਆ ਉੱਥੋਂ ਇਹ ਕਨਫਰਮ ਹੋ ਗਿਆ ਕਿ ਗਲੂਕੋਜ਼ ਦੇ 6 ਦੇ 6 ਕਾਰਬਨ ਆਟਮਸ ਇੱਕੋ ਚੇਨ ਦੇ ਵਿੱਚ ਲੱਗੇ ਹੋਇਆ ਸਟ੍ਰੇਟ ਚੇਨ ਲੱਗੇ ਤੋ ਗਲੂਕੋਜ਼ ਦੀ ਸਟਰਕਚਰ ਡਿਟਰਮੀਨੇਸ਼ਨ ਇਹਨਾਂ ਕੈਮੀਕਲ ਰਿਐਕਸ਼ਨਸ ਤੋਂ ਹੋਈ ਸੀ ਕੱਲੀ-ਕੱਲੀ ਰਿਐਕਸ਼ਨ ਦੀ ਆਪਣੀ-ਆਪਣੀ ਇੰਪੋਰਟੈਂਸ ਆ ਕੋਈ ਰਿਐਕਸ਼ਨ ਕਾਦੇ ਬਾਰੇ ਦੱਸ ਰਹੀ ਕੋਈ ਰਿਐਕਸ਼ਨ ਕਿਸ ਚੀਜ਼ ਬਾਰੇ ਗਲੂਕੋਜ਼ ਦੀ ਸਟਰਕਚਰ ਦੇ ਕਿਹੜੇ ਪੁਆਇੰਟ ਬਾਰੇ ਦੱਸ ਰਹੀ ਆ ਸਾਰਿਆਂ ਨੂੰ ਗੈਦਰ ਕਰਕੇ ਫਿਰ ਜਿਹੜੀ ਗਲੂਕੋਜ਼ ਦੀ ਸਟਰਕਚਰ ਆ ਉਹ ਆਵਲੀ ਫਾਈਨਲਾਈਜ਼ ਕੀਤੀ ਗਈ ਸੀ ਤੋ ਥਿਸ ਇਜ਼ 올 ਅਬਾਊਟ ਗਲੂਕੋਜ਼ ਇਨਕਲੂਡਿੰਗ ਇਟਸ ਸੋਰਸ ਆਫ ਰਿਜਨ ਇਟਸ ਪ੍ਰੈਪਰੇਸ਼ਨ ਇਟਸ ਫਿਜ਼ੀਕਲ ਪ੍ਰੋਪਰਟੀਜ਼ its chemical properties, how its structure was determined.